ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਦਕ ਡੇਅਰੀ ਫਾਰਮਿੰਗ ਦੇ ਵਿੱਚ। ਕਿਸਾਨ ਵੀਰੋ, ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਇਹ ਸ਼ਹਿਰ ਕੋਟਕਪੂਰਾ, ਕੋਟਕਪੂਰਾ ਸ਼ਹਿਰ ਦੇ ਵਿੱਚੋਂ ਮੁਹੱਲਾ ਪ੍ਰੇਮ ਨਗਰ ਹੈ ਅਤੇ ਪ੍ਰੇਮ ਨਗਰ ਮੁਹੱਲੇ ਦੇ ਵਿੱਚੋਂ ਇੱਕ ਸੜਕ ਲੰਘਦੀ ਹੈ ਜਿਹੜੀ ਜਗਨਨਾਥ ਦੇ ਭੱਠੇ ਨੂੰ ਜਾਂਦੀ ਹੈ। ਉਸ ਰਾਹ ਦੇ ਉੱਤੇ, ਉਸ ਸੜਕ ਦੇ ਉੱਤੇ ਇਹ ਘਰ ਹੈ। ਫਰੀਦਕੋਟ ਦੋਸਤੋ ਜ਼ਿਲ੍ਹਾ ਪੈਂਦਾ ਹੈ, ਕੋਟਕਪੂਰੇ ਨੂੰ ਸਾਰੇ ਜਾਣਦੇ ਹੋ, ਤਹਿਸੀਲ ਹੈ ਫਰੀਦਕੋਟ ਜ਼ਿਲ੍ਹੇ ਦੀ ਕੋਟਕਪੂਰਾ। ਅੱਜ ਦੀ ਵੀਡੀਓ ਦੇ ਦੋ ਨਾਗ ਬਾਈ ਕੋਲ ਵਿਕਰੀ ਵਾਲੇ ਆ ਅਤੇ ਇਹਨਾਂ ਦਾ ਵਪਾਰ ਦਾ ਕੰਮ ਹੈ। ਦੋਨੇ ਮੱਝਾਂ ਸੂਈਆਂ ਸਵਾਈਆਂ, ਤੁਸੀਂ ਜਿਹੜਾ ਮਰਜ਼ੀ ਨਾਗ ਇਹਨਾਂ 'ਚੋਂ ਖਰੀਦ ਲਿਓ, ਉਹਦੀ ਤਸੱਲੀ ਤੁਸੀਂ ਕਰਨੀ ਹੈ। ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲਦਾ ਰਹੂਗਾ। ਕੋਸ਼ਿਸ਼ ਰਹੂਗੀ ਵੀ ਹਰੇਕ ਐਂਗਲ ਤੋਂ ਤੁਹਾਨੂੰ ਦੋਨੇ ਜਿਹੜੇ ਪਸ਼ੂ ਆ ਉਹ ਦਿਖਾ ਸਕਾਂ, ਬਾਕੀ ਤੁਸੀਂ ਤਸੱਲੀ ਕਰੋਗੇ। ਆਓ ਸ਼ੁਰੂਆਤ ਪਹਿਲੇ ਨੰਬਰ ਇਸ ਮੱਝ ਤੋਂ ਕਰਦੇ ਹਾਂ ਦੋਸਤੋ, ਜਿਹੜੀ ਸਾਹਮਣੇ ਖੜੀ ਹੈ। ਪਵਨਦੀਪ ਭਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਜੀ। ਪਵਨਦੀਪ, ਅੱਜ ਦੋ ਮੱਝਾਂ। ਹਾਂਜੀ, ਪਹਿਲੇ ਨੰਬਰ 'ਤੇ ਇਸ ਹੱਥੇ ਮੱਝ ਖੜੀ ਹੈ, ਕਿੰਨਵਾਂ ਸੂਆ ਸੂਈ? ਦੂਜਾ ਸੂਆ ਸੂਈ ਹੈ ਝੋਟੀ। ਕਿੰਨਾ ਚਿਰ ਹੋ ਗਿਆ ਸੂਈ? ਪਰਸੋਂ ਹੱਥ ਨੇ ਸੂਈ ਆ, ਵੀ ਨਾਲੂ ਨਾਲ ਆ ਬੱਚੇ ਦੇ 31 ਮਗਰ ਆ। ਠੀਕ ਹੈ, ਕੀ ਰੇਟ ਰਹੂਗਾ ਇਹਦਾ? ਇਹ ਆਪਾਂ ਜੀ ਮੁੱਲ ਕਰਾਉਣ ਜਿਹਨੇ ਮਰਜ਼ੀ 1-10 ਚੋਂ ਮਾਨ ਤਣ ਕਰਾਂਗੇ। ਖੋਲ ਲੈ। ਸੋ ਦੱਸੋ, 1,10,000 ਚੋਂ ਬਾਈ ਕਹਿੰਦਾ ਮਾਨ ਤਣ ਕਰਾਂਗੇ। ਹਵਾਨਾ ਚੰਗਾ ਦਿਖਾਉਂਦੀ ਆ, ਪਰ ਅੱਗੇ ਨੂੰ ਹਵਾਨਾ ਥੋੜ੍ਹਾ ਵੱਧ ਦਿਸਦਾ, ਉਹ ਤੁਸੀਂ ਹੁਣ ਵੀ ਦੇਖ ਲਓਗੇ। ਹਜੇ ਪਰਸੋਂ ਹੀ ਸੂਈ ਆ, ਬੱਚੇ ਦਾ ਨਾੜੂਆ ਨਾਲ। ਠੀਕ ਹੈ, 10 ਕਿਲੋ ਬੋਲਾ ਬਾਈ ਕਹਿੰਦਾ ਵੀ ਭਾਵੇਂ ਦੋ ਟਾਈਮ ਚੋਲ ਹੋ ਜੇ, ਉਹ ਤੁਹਾਨੂੰ ਮਿਲ ਜੂਗਾ ਇਹਦੇ ਥੱਲੋਂ, ਜਿਹੜਾ ਇਸ ਟਾਈਮ ਹਾਜ਼ਰ ਆ ਤਿਆਰ। ਢਾਂਚਾ ਤੁਸੀਂ ਦੇਖ ਸਕਦੇ ਹੋ, ਹਵਾਨਾ ਥੋੜ੍ਹਾ ਅਗਲੇ ਪਾਸਿਓਂ ਜ਼ਿਆਦਾ ਚੰਗਾ ਦਿਸਦਾ, ਹਾਲਾਂਕਿ ਪਿਛਾਉਂ ਵੀ ਹਵਾਨਾ ਚੰਗਾ ਹੈ, ਮੀਡੀਅਮ ਹਾਈਟ ਦੇ ਵਿੱਚ ਹੈ। ਲਿਆ ਪਾਉਣ ਦੀ ਮੋਰ ਸਿੰਗ ਕੁੰਡਿਆਂ ਦੀ ਹੈ ਦੱਸੋ, ਬਾਕੀ ਜੋ ਢਾਂਚਾ ਤੁਹਾਡੇ ਸਾਹਮਣੇ ਹੈ। ਕੱਟੀ ਨੂੰ ਇਹਨੇ ਜਨਮ ਦਿੱਤਾ ਬੱਚਾ, ਇਹਦੇ ਨਾਲ ਫੀਮੇਲ ਕਾਪ ਹੈ। ਸਾਹਮਣੇ ਮੈਂ ਚੱਲ ਲਿਆ ਜੀ ਤੇਰਾ ਉੱਤਰ। ਸੋ ਫਿਰ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ, ਇੱਦਾਂ ਦਾ ਰੁੱਖ ਹੈ। ਅਤੇ ਸ਼ਾਮ ਦੇ ਟਾਈਮ ਮੈਂ ਲਗਭਗ ਵੀਡੀਓ ਬਣਾ ਰਿਹਾ, ਇਹਦੀ ਕੱਟੀ ਵੀ ਇੱਕ ਵਾਰ ਤੁਹਾਨੂੰ ਮੈਂ ਜ਼ਰੂਰ ਦਿਖਾ ਦਿੰਦਾ। ਸੋ ਇਹ ਇਹਦੀ ਕੱਟੀ ਹੈ ਦੱਸੋ, ਇਸ ਮੱਝ ਦੇ ਨਾਲ ਨਾੜੂਆ ਕੱਟੀ ਦਾ ਨਾਲ ਤੁਹਾਨੂੰ ਦੱਸੀ ਗਿਆ। ਹੁਣ ਮੱਝ ਦਾ ਹਵਾਨਾ ਫਿਰ ਦੇਖੋ, ਤੋਰੀ ਅੰਦਰ ਨੂੰ ਲਈ ਇਹ ਰੁੱਖ ਹੈ ਦੋਸਤੋ, ਇਹਦੇ ਹਵਾਨੇ ਦਾ ਲਿਆ ਬਈ। ਸੋ 10 ਕਿਲੋ ਬੋਲਾ ਬਾਈ ਕਹਿੰਦਾ ਵੀ ਇਹਦੇ ਥੱਲੇ ਹੈਗਾ। ਇਹ ਤੋਂ ਬਿਨਾਂ ਇੱਕ ਹੋਰ ਮੱਝ ਜਿਹੜੀ ਵਿਕਰੀ ਵਾਲੀ ਹੈ, ਇਹਦੀ ਵੀ ਡਿਟੇਲ ਆਪਾਂ ਬਾਈ ਤੋਂ ਪੁੱਛਦੇ ਹਾਂ, ਫਿਰ ਇਹਨੂੰ ਵੀ ਤੋਰਾਂਗੇ। ਪਵਨਦੀਪ, ਇਹ ਕਿੰਨਵਾਂ ਸੂਆ ਮੱਝ? ਇਹ ਪਹਿਲਾ ਸੂਆ ਸੂਈ ਹੈ ਜੀ। ਠੀਕ ਹੈ, ਕਿੰਨਾ ਚਿਰ ਹੋ ਗਿਆ ਇਹਨੂੰ ਸੂਈ? ਇਹਨੂੰ ਅੱਜ 6 ਮਗਰ ਦਿਨ ਆ, ਕੱਟਾ ਮਗਰ ਆ ਇਹਦੇ। ਠੀਕ ਹੈ ਬਾਈ, ਪਹਾੜੇ 'ਤੇ ਆਉਂਦੀ ਆ, ਪਹਾੜਾ ਪਾ ਕੇ ਬੱਚਾ ਛੱਡਣਾ ਪੈਂਦਾ। ਠੀਕ ਹੈ, ਹਾਂਜੀ। ਦੁੱਧ ਕਿੰਨਾ ਖਾਊਗਾ? ਦੁੱਧ 8 ਕਿਲੋ ਆ ਜੀ। ਕੀ ਰੇਟ ਰਹੂਗਾ ਇਹਦਾ? ਰੇਟ ਬਈ 65,000 ਰੁਪਏ ਮੁੱਲ ਖੋਲੀ। ਸੋ ਦੱਸੋ, ਬੱਚਾ ਬਾਈ ਕਹਿੰਦਾ ਵੀ ਪਹਿਲਾਂ ਪਹਾੜਾ ਚਾਟ ਪਾਉਣੀ ਪੈਂਦੀ ਹੈ। ਠੀਕ ਹੈ, ਠੀਕ ਹੈ। ਸੋ ਸੂਈ ਬਾਈ ਕਹਿੰਦਾ ਵੀ ਕੋਲ ਆ ਕੇ ਆ, ਪਰ ਕਈ ਵਾਰ ਪਸ਼ੂ ਬੱਚੇ ਨੂੰ ਬੱਚੇ ਤੋਂ ਉਪਰਾ ਮੰਨ ਜਾਂਦਾ। ਠੀਕ, ਓਕੇ। ਸੋ ਵੈਸੇ ਬੱਚੇ ਦਾ ਤੇ ਕਰਦੀ ਹੈ, ਪਰ ਥੋੜ੍ਹੀ ਘੱਟ ਸੰਭੀ ਵੀ ਝੋਟੀ ਹੈ ਦੱਸੋ, ਲਿੱਸੀ ਹੈ, ਉਹਦੇ ਕਰਕੇ ਕਈ ਵਾਰ ਬੱਚੇ ਨੂੰ ਥੱਲੇ ਪਾਉਣੋਂ ਹਟ ਜਾਂਦਾ ਪਸ਼ੂ। ਸੋ ਵੈਸੇ ਚਾਟ ਪਾ ਕੇ ਬਾਈ ਕਹਿੰਦਾ ਭਾਵੇਂ ਬੱਚਾ ਛੱਡ ਲਓ, ਪਰ ਪਹਿਲਾਂ ਚਾਟ ਪਾਉਣੀ ਪੈਂਦੀ ਹੈ। ਉਹ ਬੱਚਾ ਇਹਦੇ ਨਾਲ ਕੱਟਾ ਹੈ, ਵੈਸੇ ਕੱਟੇ ਦਾ ਤੇ ਪੂਰਾ ਕਰਦੀ ਹੈ, ਰਿੰਗਦੀ ਹੈ ਜਦੋਂ ਆਉਂਦੀ ਹੈ ਬੱਚਿਆਂ ਨੂੰ। ਸੋ ਵੈਸੇ ਰਿੰਗਦੀ ਹੈ ਬੱਚੇ ਨੂੰ, ਪਰ 65,000 ਮੁੱਲ ਹੈ, ਅਤੇ ਜੇ ਮੁੱਲ ਦਾ ਹਿਸਾਬ ਦੇਖਦੇ ਹਾਂ ਦੁੱਧ ਦਾ ਸਾਰਦੀ ਰਹੂਗੀ, ਬਾਕੀ ਤੁਸੀਂ ਜਿਹਨੂੰ ਪਸੰਦ ਆਵੇ ਖਰੀਦ ਸਕਦੇ ਹੋ। ਹਵਾਨਾ ਸੋਹਣਾ ਦਿਖਾਉਂਦੀ ਹੈ, ਬਾਕੀ 8 ਕਿਲੋ ਦੁੱਧ ਇਸ ਟਾਈਮ ਹੈ। ਫੁੱਲ ਹਾਈਟ ਲੈਂਥ ਵਾਲੀ ਹੈ, ਇਹਦੇ ਸੇਵਾ ਕਰ ਲਓਗੇ ਸਾਇਲਜ ਵਗੈਰਾ ਪਾ ਕੇ, ਤਾਂ ਅਗਲੇ ਸੂਏ 'ਚ ਕੀਮਤ ਵੀ ਤੁਹਾਡੀ ਵਧਾ ਜੂ। ਠੀਕ ਹੈ,
ਸੋ ਪਹਿਲਾਂ 4 ਦੰਦ ਅਤੇ 1 ਦੂਜਾ ਸੂਆ ਮੱਝ ਜਿਹਨੇ ਪੇਮੈਂਟ ਥੋੜ੍ਹੀ ਬਹੁਤ ਵੱਧ ਇਨਵੈਸਟ ਕਰਨੀ ਉਹਦੇ ਵਾਸਤੇ ਹੈ। ਹਵਾਨੇ ਦਾ ਰੁੱਖ ਚੰਗਾ ਹੈ ਇਹਦਾ। ਸੋ ਇਹ 2 ਨਗਦ ਸੁਆਈ ਦੀ ਵੀਡੀਓ 'ਚ ਵਿਕਰੀ ਵਾਲੇ ਸੀ। ਧੰਨਵਾਦ ਵੀਡੀਓ ਦੇਖਣ ਵਾਸਤੇ।